ਗਿਆਨੀ ਦਿੱਤ ਸਿੰਘ ਹੋਣੀ ਪੜਨ ਵਾਸਤੇ ਅੰਬਾਲੇ ਦੇ ਨੇੜੇ ਸਾਧਾਂ ਦੇ ਡੇਰੇ ਵਿੱਚ ਗੁਲਾਬ ਦਾਸੀਏ ਸੰਪਰਦਾ ਸੀ ਜੀ ਬਾਬਿਆਂ ਦਾ ਡੇਰਾ ਸੀ ਸੰਪਰਦਾ ਵਿੱਚ ਪੜਨ ਗਏ 10 ਸਾਲ ਦੀ ਉਮਰ ਵਿੱਚ ਗਏ 18 ਸਾਲ ਤੱਕ ਬਾਬਿਆਂ ਦੇ ਡੇਰੇ 'ਚ ਰਹਿ ਕੇ ਪੜ੍ਹੇ ਉੱਥੇ ਪੜ੍ਹਾਈ ਕਰਦੇ ਰਹੇ ਹੁਣ ਸਨਾਤਨ ਧਰਮ ਦੇ ਗ੍ਰੰਥਾਂ ਦਾ ਵੀ ਪਤਾ ਲੱਗ ਗਿਆ ਕਿਉਂਕਿ ਹਿੰਦੂ ਗ੍ਰੰਥ ਪੜ੍ਹਾਏ ਜਾਂਦੇ ਸੀ ਉੱਥੇ ਨਾਲੇ ਅਗਲਿਆਂ ਨੇ ਗੁਰਬਾਣੀ ਦੀ ਸੰਥਿਆ ਕਰਾਤੀ ਸਾਧਾਂ ਦੇ ਡੇਰਿਆਂ 'ਚ ਅੱਜ ਵੀ ਇਦਾਂ ਹੀ ਹੁੰਦਾ ਹੈ ਹੋਰ ਵੀ ਗ੍ਰੰਥ ਪੜ੍ਹਾਉਂਦੇ ਆ ਨਾਲ ਵਿੱਚ ਹੀ ਗੁਰਬਾਣੀ ਪੜ੍ਹਾ ਦਿੰਦੇ ਆ ਪਰ ਸੋਚ ਹੈ ਜਿਹੜੀ ਉਹ ਸਨਾਤਨੀ ਹੈ ਇਹ ਚੇਤਾ ਰੱਖਿਓ ਸਨਾਤਨੀ ਸੋਚ ਹੈ ਉਹਨਾਂ ਨੇ ਭੂਤ ਪ੍ਰੇਤ ਉਹੀ ਮੰਨਣੇ ਨੇ ਜਿਹੜੇ ਆਪਾਂ ਪਹਿਲਾਂ ਦੱਸ ਕੇ ਹਟੇ ਆ ਆਹ ਨਹੀਂ ਮੰਨਣੇ ਵੀ ਬੰਦਾ ਹੁੰਦਾ ਡੇਰਿਆਂ ਦੀ ਜਿਹੜੀ ਐਜੂਕੇਸ਼ਨ ਹੈ ਉਹ ਹਿੰਦੂਆਂ ਦੇ ਧਰਮ ਨਾਲ ਮਿਲਦੀ ਜੁਲਦੀ ਹੈ ਇੱਕੋ ਜਿਹੀ ਹੈ ਕਿਉਂਕਿ ਵੇਦ ਸ਼ਾਸਤਰ ਵੀ ਉੱਥੇ ਪੜ੍ਹਾਏ ਜਾਂਦੇ ਜਿਹੜੇ ਹਿੰਦੂਆਂ ਦੇ ਮੰਦਰਾਂ 'ਚ ਪੜ੍ਹਾਏ ਜਾਂਦੇ ਆ ਜਿਹੜੇ ਕੁਰਸ਼ੇਤਰ ਪੜ੍ਹਾਏ ਜਾਂਦੇ ਆ ਜਿਹੜੇ ਹਰਿਦੁਆਰ ਪੜ੍ਹਾਏ ਜਾਂਦੇ ਆ ਜਿਹੜੇ ਕਾਂਸ਼ੀ 'ਚ ਪੜ੍ਹਾਏ ਜਾਂਦੇ ਆ ਉਹ ਇਹਨਾਂ ਦੇ ਡੇਰਿਆਂ 'ਤੇ ਵੀ ਪੜ੍ਹਾਏ ਜਾਂਦੇ ਆ ਗਿਆਨੀ ਦਿੱਤ ਸਿੰਘ ਸਾਧਾਂ ਵਾਲੀ ਪੜ੍ਹਾਈ ਪੜ੍ਹੇ ਸੀ ਭਾਈ ਪਹਿਲਾਂ ਪਹਿਲੀ ਜਿਹੜੀ ਪੜ੍ਹਾਈ ਪੜ੍ਹੀ ਹੈ ਉਦੋਂ ਬਾਅਦ ਹੁਣ ਗੁਰਬਾਣੀ ਦੀ ਸੰਥਿਆ ਵੀ ਕਰ ਲਈ ਨਾਲ ਨਾਲ ਹੋਰ ਗ੍ਰੰਥ ਪੜ੍ਹ ਲਏ ਉਦੋਂ ਬਾਅਦ ਚਲੇ ਗਏ ਭਾਈ ਲਾਹੌਰ ਜਦੋਂ ਇੱਥੋਂ ਛੱਡ ਕੇ ਲਾਹੌਰ ਗਏ ਇੱਥੇ ਜਾ ਕੇ ਜਦੋਂ ਇਹਨਾਂ ਦੀ ਉਮਰ 20 ਸਾਲ ਦੇ ਨੇੜੇ ਤੇੜੇ ਹੋਈ ਉੱਥੇ ਇੱਕ ਸੰਤ ਦੇਸਾ ਸਿੰਘ ਸੀ ਬਾਬਾ ਦੇਸਾ ਸਿੰਘ ਚਲੋ ਇਹ ਤੇ ਸੰਤ ਸਾਰੇ ਕਹਾਉਂਦੇ ਹੀ ਨਹੀਂ ਇਹਨਾਂ ਦੇ ਵਿੱਚ ਇਦਾਂ ਹੀ ਹੈ ਉਹ ਸੰਤ ਦੇਸਾ ਸਿੰਘ ਗੁਲਾਬ ਦਾਸੀਏ ਸੰਪਰਦਾ ਵਿੱਚੋਂ ਚੱਠਿਆਂ ਵਾਲੇ ਕਰਕੇ ਵੱਜਦੇ ਸੀ ਚੱਠਿਆਂ ਵਾਲੇ ਬਾਬੇ ਚੱਠਿਆਂ ਵਾਲੇ ਸੰਤ ਦੇਸਾ ਸਿੰਘ ਉਹਨਾਂ ਨੇ ਗਿਆਨੀ ਦਿੱਤ ਸਿੰਘ ਨੂੰ ਸਾਧਾਂ ਵਾਲੇ ਕੱਪੜੇ ਪਵਾਤੇ ਬਾਬਾ ਬਣਾਤਾ ਵੀ ਬਾਬੇ ਭੇਖ ਕਾਹਦਾ ਫਕੀਰਾਂ ਵਾਲਾ ਭੇਖ ਬਣਾਤਾ ਮੜੀਆਂ 'ਚ ਬੈਠੇ ਰਹਿਣਾ ਕਦੇ ਇੱਥੇ ਬੈਠੇ ਰਹੇ ਚੌਂਕੜਾ ਮਾਰ ਕੇ ਜਿਵੇਂ ਸਾਧ ਕਰਦੇ ਆ ਇਦਾਂ ਗਿਆਨੀ ਦਿੱਤ ਸਿੰਘ ਸਾਧ ਬਣ ਕੇ ਰਹੇ ਬਾਬਾ ਦੇਸਾ ਸਿੰਘ ਨੇ ਚੱਠਿਆਂ ਵਾਲਾ ਬਾਬਾ ਵੱਜਦਾ ਸੀ ਉਹਨੇ ਸਾਧ ਬਣਾ ਤੱਕ ਫਕੀਰੀ ਬਾਣਾ ਪਵਾ ਕੇ ਤੇ ਐ ਸਾਧ ਬਣ ਕੇ ਤੇ ਤੁਰੇ ਫਿਰਨਾ ਲਓ ਜੀ ਉੱਥੇ ਤੁਰਿਆਂ ਫਿਰਦਿਆਂ ਨੂੰ ਇਹ ਕੀ ਸੀ ਗੁਲਾਬਦਾਸੀ ਸੰਪਰਦਾ ਦੇ ਪ੍ਰਚਾਰਕ ਗੁਲਾਬਦਾਸੀ ਸੰਪਰਦਾ ਦੇ ਪ੍ਰਚਾਰਕ ਕਿਵੇਂ ਪ੍ਰਚਾਰਕ ਜਿਵੇਂ ਕੋਈ ਨਾਨਕ ਸਰ ਦਾ ਪ੍ਰਚਾਰਕ ਹੋਵੇ ਕੋਈ ਰਾੜਾ ਸਾਹਿਬ ਦਾ ਪ੍ਰਚਾਰਕ ਹੋਵੇ ਕੋਈ ਦਮਦਮੀ ਟਕਸਾਲ ਦਾ ਪ੍ਰਚਾਰਕ ਹੋਵੇ ਕੋਈ ਅਖੰਡ ਕੀਰਤਨੀ ਜਥੇ ਦਾ ਪ੍ਰਚਾਰਕ ਹੋਵੇ ਐਦਾਂ ਪ੍ਰਚਾਰਕ ਨਹੀਂ ਕੋਈ ਸੇਵਾ ਪੰਥੀ ਸੰਪਰਦਾ ਦਾ ਪ੍ਰਚਾਰਕ ਹੋਵੇ ਜਿਵੇਂ ਅੱਜ ਵੀ ਸੰਪਰਦਾਵਾਂ ਦੇ ਆਪਣੇ ਆਪਣੇ ਪ੍ਰਚਾਰਕ ਨੇ ਮਾਫ ਕਰਨਾ ਇਹਨਾਂ ਦੇ ਆਪਣੇ ਆਪਣੇ ਇਹਨਾਂ ਦੀ ਆਪਣੀ ਆਪਣੀ ਮਰਿਆਦਾ ਹੈ ਇਹਨਾਂ ਦੇ ਆਪਣੇ ਆਪਣੇ ਪੰਜ ਪਿਆਰੇ ਨੇ ਇਹਨਾਂ ਦੇ ਆਪਣੇ ਆਪਣੇ ਅੰਮ੍ਰਿਤ ਨੇ ਆਖੋ ਸਤਨਾਮ ਅਕਾਲ ਤਖਤ ਦੀ ਮਰਿਆਦਾ ਨਹੀਂ ਆਪੋ ਆਪਣੀ ਡੇਰਿਆਂ ਦੀ ਮਰਿਆਦਾ ਅੰਮ੍ਰਿਤ ਵੀ ਵੱਖਰੇ ਵੱਖਰੇ ਛਕਾਉਂਦੇ ਨੇ ਕਿਤੇ ਹੋਰ ਕਿਤੇ ਹੋਰ ਕਿਤੇ ਹੋਰ ਪੰਜ ਪਿਆਰੇ ਇੱਥੇ ਅੰਮ੍ਰਿਤ ਛਕਾਉਣ ਅੱਖਰ ਅੱਖਰ ਉਹ ਕਹਿਣ ਜੋ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਹਾ ਜਾਂਦਾ ਅੱਖਰ ਅੱਖਰ ਉਹ ਕਹਿਣ ਜੋ ਅਕਾਲ ਤਖਤ ਦੀ ਮਰਿਆਦਾ ਹੋਵੇ ਉਸੇ ਮਰਿਆਦਾ ਨਾਲ ਜੇ ਅੰਮ੍ਰਿਤ ਸਾਰੀ ਦੁਨੀਆ 'ਚ ਛਕਾਉਂਗੇ ਤੇ ਸਾਰੀ ਕੌਮ ਇੱਕ ਦਿਨ 'ਚ ਇੱਕ ਹੋ ਸਕਦੀ ਹੈ ਹੁਣ ਅੱਡ ਅੱਡ ਕਿਉਂ ਨੇ ਪੰਜ ਪਿਆਰਿਆਂ ਨੇ ਕਿਤੇ ਕੁਝ ਕਹਿਤਾ ਕਿਤੇ ਕੁਝ ਕਹਿਤਾ ਕਿਤੇ ਕੁਝ ਕਹਿਤਾ ਹੁਣ ਪੰਜ ਪਿਆਰਿਆਂ 'ਚ ਕੌਣ ਵੱਸਦਾ ਬੋਲੋ ਭਾਈ ਪੰਜ ਪਿਆਰਿਆਂ 'ਚ ਕੌਣ ਵਰਤਦਾ ਆਪਾਂ ਕੀ ਮੰਨਦੇ ਹਾਂ ਸਾਡੀ ਸ਼ਰਧਾ ਕੀ ਹੈ ਵੀ ਪੰਜ ਪਿਆਰਿਆਂ 'ਚ ਬੋਲੋ ਜੀ ਗੁਰੂ ਗੋਬਿੰਦ ਸਿੰਘ ਭਲਾ ਦੱਸੋ ਫਿਰ ਗੁਰੂ ਗੋਬਿੰਦ ਸਿੰਘ ਕਿਤੇ ਤੇ ਕਹਿ ਗਏ ਵੀ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ
ਤੇ ਕਿਤੇ ਕਹਿ ਗਏ ਨਾਨਕ ਹੋਸੀ ਭੀ ਸੱਚ ਤੱਕ। ਗੁਰੂ ਗੋਬਿੰਦ ਸਿੰਘ ਦੋ ਗੱਲਾਂ ਕਰ ਸਕਦੇ ਆ ਬੋਲੋ, ਕਿਸੇ ਨੂੰ ਤੇ ਕਹਿ ਗਏ ਵੀ ਚਾਰ ਹੀ ਰੰਗ ਪਾਉਣੇ ਨੇ ਖਾਲਸੇ ਦੇ, ਚਾਰ ਰੰਗ ਨੇ ਨੀਲਾ ਕਾਲਾ ਚਿੱਟਾ ਤੇ ਕੇਸਰੀ, ਤੇ ਕਿਸੇ ਜਗ੍ਹਾ ਕਹਿ ਗਏ ਜਿਹੜਾ ਮਰਜ਼ੀ ਪਾ ਲਿਆ ਕਰੋ। ਹੋ ਗਈ ਸਮਝ ਆ ਗਈ? ਕਿਸੇ ਜਗ੍ਹਾ ਕਹਿ ਗਏ ਪੰਜ ਪਿਆਰਿਆਂ ਦੇ ਰੂਪ ਵਿੱਚ ਵੀ ਮਾਸ ਖਾ ਲੈਣਾ ਚਾਹੀਦਾ, ਤੇ ਕਿਸੇ ਜਗ੍ਹਾ ਕਹਿ ਗਏ ਨਹੀਂ ਖਾਣਾ ਚਾਹੀਦਾ। ਸਮਝਿਓ ਗੱਲ ਧਿਆਨ ਨਾਲ। ਫਿਰ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਥੋੜਾ ਵੀ ਕਿਸੇ ਨੂੰ ਕੁਝ ਕਹਿ ਗਏ ਕਿਸੇ ਨੂੰ ਕੁਝ ਕਹਿ ਗਏ, ਜੇ ਘਰ ਵਾਲਾ ਉੱਥੋਂ ਛਕ ਲੈ ਘਰ ਵਾਲੀ ਉੱਥੋਂ ਛਕ ਲੈ ਤੇ ਆਪਸ 'ਚ ਲੜੀ ਜਾਣਗੇ ਵੀ ਮੈਂ ਆਹ ਵੰਗ ਪਾਉਣਾ, ਉਹ ਕਹਿੰਦੇ ਮੈਨੂੰ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਪਿਆਰੇ ਕਹਿ ਕੇ ਗਏ ਆ, ਪੰਜ ਪਿਆਰਿਆਂ ਦਾ ਹੁਕਮ ਗੁਰੂ ਦਾ ਹੁਕਮ। ਇਹਦਾ ਮਤਲਬ ਇਹ ਹੈ ਗੁਰੂ ਸਾਹਿਬ ਲੋਕਾਂ ਨੂੰ ਵੰਡਦੇ ਨਹੀਂ, ਕਿਤੇ ਕੁਝ ਕਹਿ ਜਾਣ ਕਿਤੇ ਕੁਝ ਕਹਿ ਜਾਣ। ਇਹ ਤੇ ਸੰਪਰਦਾਈ ਬਾਬਿਆਂ ਨੇ ਬੇੜਾ ਗਰਕ ਕੀਤਾ ਹੈ, ਆਪੋ ਆਪਣੀ ਮਰਿਆਦਾ ਬਣਾ ਲਈ, ਆਪੋ ਆਪਣੇ ਪੰਜ ਪਿਆਰੇ ਬਣਾ ਕੇ ਕਿਤੇ ਕੁਝ ਕਹਿਤਾ ਕਿਤੇ ਕੁਝ ਕਹਿਤਾ, ਸਾਰੀ ਕੌਮ 'ਚ ਲੜਾਈਆਂ ਪੈ ਗਈਆਂ। ਕਿਉਂ? ਕਿਉਂਕਿ ਅੰਮ੍ਰਿਤ ਛਕਣ ਵੇਲੇ ਹੀ ਅੱਡ ਅੱਡ ਕਰਦੇ ਆਖੋ ਸਤਨਾਮ। ਓਏ ਜਿਹੜਾ ਬਾਟਾ ਇੱਕ ਕਰਦਾ ਸੀ ਇਹਨਾਂ ਚੰਦਰਿਆਂ ਬਾਬਿਆਂ ਨੇ ਬਾਟਾ ਹੀ ਵੰਡ ਲਿਆ। ਬਾਟਾ ਟੁੱਟਿਆ ਹੋਇਆਂ ਨੂੰ ਕੀ ਕਰਦਾ ਸੀ? ਬੋਲੋ ਜੀ, ਇੱਕ ਕਰਦਾ ਸੀ, ਇੱਕ ਬਾਟਾ ਇੱਕ ਕਰਦਾ ਸੀ। ਇਹਨਾਂ ਇਹਨਾਂ ਬਾਬਿਆਂ ਨੇ ਬਾਟਾ ਹੀ ਵੰਡ ਲਿਆ। ਪੰਜ ਪਿਆਰੇ ਆਪੋ ਆਪਣੇ ਬਣਾ ਕੇ ਆਪੋ ਆਪਣੀ ਮਰਿਆਦਾ ਦੱਸਣੀ ਸ਼ੁਰੂ ਕਰਤੀ। ਫਿਰ ਲੋਕ ਪੰਥਕ ਨਹੀਂ ਬਣੇ, ਨਾਨਕ ਸਰੀਏ ਬਣ ਗਏ, ਰਾੜੇ ਵਾਲੇ ਬਣ ਗਏ, ਟਕਸਾਲੀ ਬਣ ਗਏ, ਖੰਡ ਕੀਰਤਨੀਏ ਬਣ ਗਏ। ਪਰ ਗੁਰੂ ਦਾ ਸਿੱਖ ਇਹ ਇਹ ਆਪਣਾ ਆਪਣਾ ਠੱਪਾ ਲਾਤਾ, ਨਾਲ ਆਪੋ ਆਪਣਾ ਠੱਪਾ ਲਾਤਾ, ਵੰਡੇ ਗਏ। ਤੇ ਹੈ ਕੀ ਅਸੀਂ? ਗੁਰੂ ਦੇ ਸਿੱਖ, ਗੁਰੂ ਦੇ ਸਿੱਖ ਬਣਨਾ ਹੈ। ਅਕਲ ਲੈ ਕੇ, ਸਮਝ ਲੈ ਕੇ, ਚਲੋ ਭਾਵੇਂ ਟਕਸਾਲ ਵਾਲੇ ਪਾਸਿਓਂ ਆ ਜਾਓ, ਭਾਵੇਂ ਮਸ਼ੀਨਰੀਆਂ ਵਾਲੇ ਪਾਸਿਓਂ ਆ ਜਾਓ, ਭਾਵੇਂ ਖੰਡ ਕੀਰਤਨੀ ਵਾਲੇ ਪਾਸਿਓਂ ਆ ਜਾਓ, ਪਰ ਬਣੋ ਪੰਥਕ, ਖੜਿਓ ਨਾ ਜਥੇਬੰਦੀਆਂ। ਆਪੋ ਆਪਣਾ ਗਰੁੱਪ ਬਣਾ ਕੇ ਬਹਿ ਗਈਆਂ, ਵੰਡ ਲਿਆ ਸਾਰਿਆਂ ਨੂੰ। ਲਓ ਹੁਣ ਅੱਗੇ ਗੱਲ ਸੁਣਿਓ। ਗਿਆਨੀ ਦਿੱਤ ਸਿੰਘ ਨੇ ਹੁਣ ਜਦੋਂ ਬਾਬ ਇਹ ਕੌਣ ਸੀ ਜੀ? ਬਾਬਿਆਂ ਦਾ ਗੁਲਾਬ ਦਾ ਸੀ ਸੰਪਰਦਾ ਦਾ ਪ੍ਰਚਾਰਕ, ਤੇ ਸਾਧਾ ਵਾਲੇ ਕੱਪੜੇ ਪਾ ਕੇ ਰਹਿੰਦਾ ਸੀ ਉੱਥੇ। ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਅੰਗਰੇਜ਼ਾਂ ਦਾ ਰਾਜ ਸੀ। ਅੰਗਰੇਜ਼ਾਂ ਦਾ ਰਾਜ ਗਿਆ 1849 ਵਿੱਚ, 1849 ਵਿੱਚ ਅੰਗਰੇਜ਼ਾਂ ਦਾ ਰਾਜ ਗਿਆ। ਅੰਗਰੇਜ਼ਾਂ ਦਾ ਰਾਜ ਸੀ ਤੇ ਸਿੱਖਾਂ ਦੀ ਗਿਣਤੀ ਰਹਿ ਗਈ ਸੀ ਜੀ। ਮਰਦਮਸ਼ੁਮਾਰੀ ਹੋਈ ਜਦੋਂ ਮਹਾਰਾਜੇ ਰਣਜੀਤ ਸਿੰਘ ਵੇਲੇ ਸਿੱਖਾਂ ਦੀ ਗਿਣਤੀ ਸੀ 1 ਕਰੋੜ, ਤੇ ਮਹਾਰਾਜੇ ਤੋਂ ਬਾਅਦ ਸਿੱਖਾਂ ਦੀ ਗਿਣਤੀ ਰਹਿ ਗਈ ਸੀ 18 ਲੱਖ। ਇਹਦਾ ਮਤਲਬ 18 ਲੱਖ ਗਿਣਤੀ ਰਹਿ ਗਈ। ਮਹਾਰਾਜੇ ਤੋਂ ਬਾਅਦ 82 ਲੱਖ ਘਟ ਗਏ ਸਿੱਖ। 82 ਲੱਖ ਜਿਹੜੀ ਗਿਣਤੀ ਸੀ ਸਿੱਖਾਂ ਦੀ ਘਟ ਗਈ। ਜਿਹੜਾ ਵੀ ਕੋਈ ਆਵੇ ਨਾ, ਪਹਿਰੇਦਾਰਾਂ ਨੂੰ ਬੇਨਤੀ ਹੈ ਵੀ ਸੇਵਾਦਾਰ ਦੋ ਚਾਰ ਉਹ ਉੱਥੇ ਪਿੱਛੇ ਚਲੇ ਜਾਓ। ਸਿੰਘੋ ਪਹਿਰੇਦਾਰ ਜਿਹੜੇ ਨੇ ਇੱਥੇ ਆ ਗਏ ਸਾਰੇ, ਅੱਗੇ ਹੀ ਤੁਸੀਂ ਉਹ ਉੱਥੇ ਪਿੱਛੇ ਚਲੇ ਜਾਓ ਕਿਰਪਾ ਕਰਕੇ। ਆ ਜਿਹੜਾ ਵੀ ਕੋਈ ਆਵੇ ਉੱਥੇ ਹੀ ਭਾਈ ਜਾਏ, ਬਹਿ ਜਾਓ ਸਿੰਘੋ, ਜਿਹੜੇ ਆਏ ਹੋ ਬਹਿ ਜਾਓ, ਇੱਥੇ ਮੱਥਾ ਟੇਕੋ, ਬਹਿ ਜਾਓ। ਲਓ ਹੁਣ ਸੁਣਿਓ ਬਈ, ਸਿੰਘੋ ਸੁਣਿਓ, ਕਿਉਂਕਿ ਇਹ ਨਾ ਆ ਸ਼ਬਦ ਇਹ ਦਿਮਾਗ ਚੋਂ ਨਿਕਲ ਜਾਂਦੀ ਜਿਵੇਂ ਉਹ
ਕਿ ਔੜ ਤੇ ਤੇ ਔੜ ਦਾ ਭੁਲੇਖਾ ਪੈ ਗਿਆ ਨਾ ਕਿਤੇ ਮੈਂ ਡੇਟ ਨਾ ਗਲਤ ਬੋਲ ਜਾ ਮੈਨੂੰ ਫਿਰ ਸਹੀ ਨਹੀਂ ਲੱਗਣੀ ਗੱਲ ਵੀ ਉਹ ਕਿਤੇ ਐ ਭੁਲੇਖਾ ਜਿਹਾ ਪੈ ਜਾਂਦਾ ਧਿਆਨ ਨਾਲ ਸੁਣਿਓ ਵੇਖਿਓ ਸਿੱਖਾਂ ਦੀ ਗਿਣਤੀ ਰਹਿ ਗਈ 18 ਲੱਖ ਆਰੀਆ ਸਮਾਜ ਵਾਲਿਆਂ ਦਾ ਬੜਾ ਬੋਲਬਾਲਾ ਸੀ ਜੀ ਆਰੀਆ ਸਮਾਜ ਦਾ ਇੱਕ ਪ੍ਰਚਾਰਕ ਸੀ ਜਿਹਦਾ ਨਾਂ ਸੀ ਦਯਾਨੰਦ ਜਿਹੜਾ ਦਯਾਨੰਦ ਸੀ ਨਾ ਭਾਈ ਇਹ ਆਰੀਆ ਸਮਾਜ ਦਾ ਪ੍ਰਚਾਰਕ ਸੀ ਇੱਕ ਤੇ ਗੋਰੇ ਆ ਗਏ ਇੱਥੇ ਪੰਜਾਬ 'ਚ ਉਹਨਾਂ ਨੇ ਆਪੋ ਆਪਣੇ ਪਾਦਰੀ ਵਾਰਡ ਤੇ ਪ੍ਰਚਾਰਕ ਵਾਰਡ ਤੇ ਵੀ ਸਿੱਖਾਂ ਨੂੰ ਈਸਾਈ ਬਣਾਓ ਜ਼ੋਰ ਲਾਤਾ ਉਹਨਾਂ ਨੇ ਪੂਰਾ ਇੱਕ ਨਾਮਧਾਰੀ ਏ ਦੂਜੇ ਨਿਰੰਕਾਰੀ ਏ ਦੋ ਤੇ ਤੀਜੇ ਸਨਾਤਨ ਧਰਮ ਵਾਲੇ ਹਿੰਦੂ ਇਹ ਸਿੱਖਾਂ ਦੇ ਵਿੱਚ ਜਥੇਬੰਦੀ ਬਣਦੀ ਨਹੀਂ ਸੀ ਪ੍ਰਚਾਰ ਘਟਦਾ ਘਟਦਾ 18 ਕੁ ਲੱਖ ਰਹਿ ਗਏ ਸਿੱਖ ਇੰਨੀ ਗਿਣਤੀ ਪੰਜਾਬ 'ਚ ਘਟ ਗਈ ਤੇ ਗੋਰਿਆਂ ਨੇ ਇਹ ਅਖਬਾਰਾਂ 'ਚ ਕਢਾ ਦਿੱਤਾ ਸੀ ਭਾਈ ਵੀ ਸਿੱਖ ਜਿਹੜੇ ਨੇ ਅੱਜ ਤੋਂ 20 ਸਾਲ ਬਾਅਦ ਤੁਹਾਨੂੰ ਫੋਟੋਆਂ ਵਿੱਚ ਹੀ ਵੇਖਣ ਨੂੰ ਮਿਲਣਗੇ ਅਜਾਇਬ ਘਰਾਂ ਵਿੱਚ ਤੁਹਾਨੂੰ ਸਿੱਖ ਮਿਲਣਗੇ ਉਦਾਂ ਸਿੱਖ ਕੌਮ ਖਤਮ ਹੋ ਜਾਏਗੀ ਹੁਣ ਜਦੋਂ ਇਦਾਂ ਦੀ ਗੱਲ ਚੱਲੀ ਫਿਰ ਫਿਕਰ ਤੇ ਪੈਣਾ ਹੀ ਸੀ ਸਿੱਖਾਂ ਨੂੰ ਵੀ ਬਣ ਕੀ ਗਿਆ ਸਾਡੇ ਨਾਲ ਇਹ ਆਰੀਆ ਸਮਾਜ ਵਾਲਾ ਜਿਹੜਾ ਦਯਾਨੰਦ ਪ੍ਰਚਾਰਕ ਸੀ ਉਹਨੂੰ ਸਾਰਿਆਂ ਨੇ ਪੰਜਾਬ ਦੇ ਵਿੱਚ ਕਿਹਾ ਵੀ ਚਲੋ ਮੂਰਤੀ ਪੂਜਾ ਦਾ ਤੇ ਵਿਰੋਧ ਕਰਦਾ ਹੈ ਨਾ ਜਿਹੜਾ ਸਨਾਤਨ ਧਰਮ ਹੈ ਉਹ ਮੂਰਤੀ ਪੂਜਾ ਨੂੰ ਮੰਨਦਾ ਹੈ ਜਿਹੜਾ ਆਰੀਆ ਸਮਾਜੀ ਹੁੰਦੇ ਨੇ ਇਹ ਮੂਰਤੀ ਪੂਜਾ ਦਾ ਖੰਡਨ ਕਰਦੇ ਆ ਪਰ ਮੂਰਤੀ ਪੂਜਾ ਦਾ ਤੇ ਖੰਡਨ ਕਰਦੇ ਆ ਮੁੰਡਨ ਕਰਨ ਨੂੰ ਸਹੀ ਮੰਨਦੇ ਆ ਵੀ ਵਾਲ ਕੱਟਣ ਨੂੰ ਮੁੰਡਨ ਕਰਨ ਨੂੰ ਗਲਤ ਨਹੀਂ ਕਹਿੰਦੇ ਆਰੀਆ ਸਮਾਜ ਵਾਲਿਆਂ ਨੇ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਚਾਰ ਕੀਤਾ ਚਲੋ ਗੱਲ ਨਿਬੇੜੀਏ ਦਯਾਨੰਦ ਆਰੀਆ ਸਮਾਜ ਦਾ ਪ੍ਰਚਾਰਕ ਗੁਰਦੁਆਰਿਆਂ ਵਿੱਚ ਬੁਲਾ ਬੁਲਾ ਕੇ ਲੋਕ ਉਹ ਤੋਂ ਪ੍ਰਚਾਰ ਕਰਾਉਂਦੇ ਸੀ ਇੱਕ ਵਾਰੀ ਉਹ ਗਿਆਨੀ ਦਿੱਤ ਸਿੰਘ ਨੂੰ ਮਿਲਿਆ ਗਿਆਨੀ ਦਿੱਤ ਸਿੰਘ ਨੂੰ ਮਿਲ ਕੇ ਇਹਨਾਂ ਦੀਆਂ ਦਲੀਲਾਂ ਸੁਣੀਆਂ ਕਹਿੰਦੇ ਜੇ ਇਹ ਬੰਦਾ ਸਾਡੇ ਨਾਲ ਬਹਿਸ ਕਰੇ ਤੇ ਮੈਂ ਇਹਨੂੰ ਜਿੱਤ ਨਹੀਂ ਸਕਦਾ ਗਿਆਨੀ ਦਿੱਤ ਸਿੰਘ ਤੋਂ ਆਈਡੀਆ ਲੱਗ ਗਿਆ ਨਾ ਵੀ ਬਾਬਾ ਤੇ ਹੈ ਪਰ ਗੱਲ ਦਲੀਲ ਵਾਲੀ ਕਰਦਾ ਲੌਜਿਕ ਹੈ ਇਹਦੇ ਕੋਲ ਇਹਨੂੰ ਮੈਂ ਹਰਾ ਨਹੀਂ ਸਕਦਾ ਉਹ ਦਯਾਨੰਦ ਨੇ ਵੀ ਬੜਾ ਜ਼ੋਰ ਲਾਇਆ ਵੀ ਸਾਡੇ ਵਾਲੇ ਪਾਸੇ ਆ ਜਾ ਪ੍ਰਚਾਰ ਕਰੀਏ ਆਪਾਂ ਰਲ ਕੇ ਵੀ ਆਰੀਆ ਸਮਾਜ ਦਾ ਹੀ ਬੋਲਬਾਲਾ ਸਾਰੇ ਪੰਜਾਬ ਵਿੱਚ ਹੋਣਾ ਚਾਹੀਦਾ ਗੁਲਾਬਦਾਸੀ ਸੰਪਰਦਾ ਜਿਹੜੀ ਸੀ ਇਹ ਵੀ ਭਾਈ ਆਰੀਆ ਸਮਾਜ ਦੇ ਪ੍ਰਭਾਵ ਥੱਲੇ ਆ ਗਈ ਜਿਸ ਸੰਪਰਦਾ ਦਾ ਪ੍ਰਚਾਰਕ ਸੀ ਦਯਾਨੰਦ ਜਿਸ ਸੰਪਰਦਾ ਦਾ ਗਿਆਨੀ ਦਿੱਤ ਸਿੰਘ ਪ੍ਰਚਾਰਕ ਬਣੇ ਸੀ ਉਹ ਸੰਪਰਦਾ ਵੀ ਚਲੇ ਗਈ ਉੱਧਰ ਆਰੀਆ ਸਮਾਜ ਵੱਲ ਗਿਆਨੀ ਦਿੱਤ ਸਿੰਘ ਨੂੰ ਫਿਰ ਹੁਣ ਇੱਥੇ ਚੇਤਾ ਰੱਖਿਓ ਗਿਆਨੀ ਦਿੱਤ ਸਿੰਘ ਨੂੰ ਲਾਹੌਰ ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਮਿਲ ਪਏ ਕੌਣ ਮਿਲ ਪਏ ਜੀ ਪ੍ਰੋਫੈਸਰ ਗੁਰਮੁਖ ਸਿੰਘ ਉਹ ਕੌਣ ਸੀ ਉਹ ਗੁਰਬਾਣੀ ਦੇ ਅਸਲੀ ਅਰਥਾਂ ਨੂੰ ਸਮਝਦਾ ਹੈ ਉਹਨੂੰ ਪਤਾ ਹੈ ਵੀ ਬਾਣੀ ਦੇਵਤੇ ਕਿਹਨੂੰ ਕਹਿੰਦੀ ਹੈ ਬਾਣੀ ਪ੍ਰੇਤ ਕਿਹਨੂੰ ਕਹਿੰਦੀ ਉਹ ਸਮਝ ਰੱਖਦਾ ਹੈ ਇਸ ਚੀਜ਼ ਦੀ ਉਹ ਉਹਦਾ ਨਾਂ ਹੈ ਗੁਰਮੁਖ ਸਿੰਘ ਤੇ ਗੁਰਮੁਖ ਸਿੰਘ ਨੂੰ ਜਦੋਂ ਪਤਾ ਲੱਗਾ ਗਿਆਨੀ ਦਿੱਤ ਸਿੰਘ ਨੂੰ ਮਿਲਿਆ ਇੱਕ ਤੇ ਬੰਦੇ ਦਾ ਆਪਣਾ ਜੀਵਨ ਪ੍ਰਭਾਵਸ਼ਾਲੀ ਸੀ ਵਧੀਆ ਜੀਵਨ ਜਿਉਂਦਾ ਸੀ ਪ੍ਰੈਕਟੀਕਲਿਟੀ ਬਹੁਤ ਵਧੀਆ ਹੈ ਜ਼ਿੰਮੇਵਾਰੀਆਂ ਬਹੁਤ ਵਧੀਆ ਨਿਭਾਉਂਦਾ ਹੈ ਤੇ ਗਿਆਨੀ ਦਿੱਤ ਸਿੰਘ ਦੀਆਂ ਗੱਲਾਂ ਬਾਤਾਂ ਸੁਣ ਕੇ ਗਿਆਨੀ ਗੁਰਮੁਖ ਸਿੰਘ ਨੇ ਪ੍ਰੋਫੈਸਰ ਸੀ ਜੀ ਓਰੀਐਂਟਲ ਕਾਲਜ ਸੀ ਓਰੀਐਂਟਲ ਕਾਲਜ ਦਾ ਪ੍ਰੋਫੈਸਰ ਸੀ ਗੁਰਮੁਖ ਸਿੰਘ ਹੈ ਸੀ ਗੁਰਸਿੱਖ ਹੈ ਪ੍ਰੋਫੈਸਰ ਉਹਨੇ ਫਿਰ ਗਿਆਨੀ ਦਿੱਤ ਸਿੰਘ ਨਾਲ ਇਦਾਂ ਬਹਿ ਕੇ ਗੱਲਬਾਤ ਕੀਤੀ ਕਹਿੰਦੇ ਜੇ ਕਿਤੇ ਨਾ ਤੂੰ
ਇੱਕ ਤੇ ਮਿਲਿਆ ਕਰੇ ਮੈਨੂੰ ਗੱਲਬਾਤ ਕਰਿਆ ਕਰੇ ਵੀ ਬਾਬਾ ਤੇ ਹੈ ਹੀ ਆ ਗਿਆਨ ਬਹੁਤ ਹੈ ਤੈਨੂੰ ਗ੍ਰੰਥ ਪੜ੍ਹੇ ਨੇ ਵੇਦ ਸ਼ਾਸਤਰ ਅਧਿਐਨ ਕੀਤਾ ਗੱਲਬਾਤ ਬਹੁਤ ਸੋਹਣੀ ਕਰਦਾ ਹੈ ਪਰ ਕਈ ਕੁੰਡੀਆਂ ਤੇਰੀਆਂ ਕਲੀਅਰ ਹੋਣ ਵਾਲੀਆਂ ਨੇ ਕਈ ਗੱਲਾਂ ਦਾ ਤੈਨੂੰ ਪਤਾ ਨਹੀਂ ਪੈਸ਼ਨ ਤੇਰੇ ਅੰਦਰ ਬਹੁਤ ਹੈ ਕਈ ਗੱਲਾਂ ਦਾ ਨਹੀਂ ਤੈਨੂੰ ਪਤਾ ਤੇ ਗਿਆਨੀ ਗੁਰਮੁਖ ਸਿੰਘ ਨੇ ਫਿਰ ਕੀ ਕੀਤਾ ਭਾਈ ਗਿਆਨੀ ਦਿੱਤ ਸਿੰਘ ਨੂੰ ਕਿਹਾ ਵੀ ਮੈਨੂੰ ਮਿਲਿਆ ਕਰ ਲਓ ਜੀ ਗਿਆਨੀ ਦਿੱਤ ਸਿੰਘ ਗਿਆਨੀ ਗੁਰਮੁਖ ਸਿੰਘ ਨੂੰ ਮਿਲਣ ਲੱਗ ਪਏ ਮਿਲਦਿਆਂ ਮਿਲਦਿਆਂ ਗੱਲਬਾਤ ਕਰਦਿਆਂ ਕਰਦਿਆਂ ਗਿਆਨੀ ਗੁਰਮੁਖ ਸਿੰਘ ਨੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਕਿਹਾ ਗਿਆਨੀ ਜੀ ਬਹੁਤ ਸੋਹਣਾ ਤੁਸੀਂ ਗ੍ਰੰਥ ਪੜ੍ਹੇ ਨੇ ਪਰ ਤੁਸੀਂ ਨਾ ਗਿਆਨੀ ਕਰ ਲਓ ਜਿਹੜੀ ਗਿਆਨੀ ਨਹੀਂ ਕਰਦੇ ਪਲੱਸ ਟੂ ਕਰਕੇ ਜਿਵੇਂ ਗਿਆਨੀ ਕਈਆਂ ਨੇ ਕੀਤੀ ਹੁੰਦੀ ਹੈ ਡਿਗਰੀ ਲੈ ਲਓ ਗਿਆਨੀ ਦੀ ਬੜਾ ਜ਼ੋਰ ਪਾਇਆ ਲਓ ਜੀ ਗਿਆਨੀ ਦਿੱਤ ਸਿੰਘ ਨੇ ਡਿਗਰੀ ਲੈ ਲਈ ਇੱਕ ਸਾਲ ਵਿੱਚ ਕਾਲਜ ਵਿੱਚ ਪੜ੍ਹਾਈ ਕੀਤੀ ਪਹਿਲਾਂ ਬਾਬਾ ਸੀ ਸਾਧ ਬਣਿਆ ਹੋਇਆ ਸੀ ਸਾਧ ਤੋਂ ਗਿਆਨੀ ਕਰ ਲਈ ਗਿਆਨੀ ਕਰਕੇ ਜਦੋਂ ਅਕਲ ਆ ਗਈ ਨਾਲੇ ਮਿਲ ਗਈ ਸੰਗਤ ਗਿਆਨੀ ਗੁਰਮੁਖ ਪ੍ਰੋਫੈਸਰ ਗੁਰਮੁਖ ਸਿੰਘ ਨੇ ਬਦਲਤਾ ਲਓ ਬਾਬੇ ਤੋਂ ਪਹਿਲਾਂ ਤੇ ਬਾਬਾ ਸੀ ਸਾਧ ਸੀ ਇੱਕਦਮ ਚੇਂਜ ਹੋ ਗਿਆ ਇੱਕਦਮ ਐਸਾ ਅਸਰ ਹੋਇਆ ਮਨ ਤੇ ਬਾਬਿਆਂ ਵਾਲਾ ਪ੍ਰਚਾਰ ਛੱਡ ਕੇ ਗੁਰਮਤ ਦਾ ਪ੍ਰਚਾਰ ਸ਼ੁਰੂ ਕਰਤਾ ਇੱਕਦਮ ਬਦਲ ਗਿਆ ਉਧਰੋਂ ਉਹਨੂੰ ਜਦੋਂ ਸਮਝਾਇਆ ਵੀ ਯਾਰ ਸਿੱਖੀ ਤੇ ਘਟਦੀ ਜਾਂਦੀ ਹੈ ਸਾਧ ਤੇ ਲੁੱਟ ਕੇ ਖਾ ਗਏ ਦਿਮਾਗ 'ਚ ਬਹਿ ਗਈ ਗੱਲ ਇੱਥੇ ਪ੍ਰੋਬਲਮ ਹੁੰਦੀ ਹੈ ਬੰਦੇ ਲਈ ਨਾ ਇੰਨੇ ਫਲੈਕਸੀਬਲ ਨਹੀਂ ਅਸੀਂ ਹੁੰਦੇ ਵੀ ਅਸੀਂ ਯੂ ਟਰਨ ਲੈ ਸਕੀਏ ਖਾਸ ਕਰਕੇ ਯੂ ਟਰਨ ਲੈਣਾ ਜ਼ਿੰਦਗੀ ਵਿੱਚ ਬਹੁਤ ਔਖਾ ਹੁੰਦਾ ਹੈ ਤੁਹਾਨੂੰ ਇੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਜਦੋਂ ਤੁਸੀਂ ਲਾਈਨ ਤੁਹਾਡੀ ਹੋਰ ਹੋਵੇ ਜਦੋਂ ਤੁਸੀਂ ਯੂ ਟਰਨ ਲੈਣਾ ਹੈ ਨਾ ਭਾਈ ਬਹੁਤ ਤੁਹਾਡੇ ਅੰਦਰ ਵੀ ਬਹੁਤ ਕੁਝ ਚੱਲਦਾ ਹੁੰਦਾ ਹੈ ਉਦੋਂ ਬਾਅਦ ਜੇ ਤੁਸੀਂ ਯੂ ਟਰਨ ਲੈਣ ਲੱਗੇ ਤੇ ਦੁਨੀਆ ਨੇ ਤੁਹਾਨੂੰ ਜਿਉਣ ਨਹੀਂ ਦੇਣਾ ਲੋਕਾਂ ਨੇ ਕਹਿਣਾ ਪਹਿਲਾਂ ਤੇ ਤੂੰ ਐਂ ਕਹਿੰਦਾ ਸੀ ਪਹਿਲਾਂ ਤੂੰ ਐਂ ਕਹਿੰਦਾ ਸੀ ਸਭ ਤੋਂ ਔਖਾ ਕੰਮ ਬਣ ਜਾਂਦਾ ਤੂੰ ਤੇ ਐਂ ਕਹਿੰਦਾ ਹੁੰਦਾ ਸੀ ਹੁਣ ਤੈਨੂੰ ਕੀ ਹੋ ਗਿਆ ਹੁਣ ਤੂੰ ਗੱਲਾਂ ਐਂ ਕਰਦਾ ਕਿਸੇ ਨੇ ਕਹਿਣਾ ਖਰੀਦ ਲਿਆ ਕਿਸੇ ਨੇ ਕਹਿਣਾ ਵਿਕ ਗਿਆ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਬੜੀਆਂ ਗੱਲਾਂ ਸੁਣਨੀਆਂ ਪੈਣਗੀਆਂ ਜਦੋਂ ਤੁਸੀਂ ਪ੍ਰਚਾਰ ਬਦਲੋਗੇ ਸੋਚ ਬਦਲੋਗੇ ਆਪਣੀ ਇਹਦੇ ਲਈ ਦਲੇਰ ਚਾਹੀਦਾ ਬੰਦਾ ਡੇਰੇਦਾਰ ਤਾਂ ਨਹੀਂ ਬਦਲਦੇ ਉਹਨਾਂ ਨੂੰ ਪਤਾ ਰੋਜੀ ਰੋਟੀ ਤੇ ਲੱਤ ਵੱਜ ਜਾਣੀ ਹੈ ਸਾਡੀ ਤੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੋਲ ਗਿਆਨ ਤੇ ਹੈ ਨਹੀਂ ਬੱਥੇ ਟਿਕਾ ਕੇ ਪੈਸੇ ਇਕੱਠੇ ਕਰਦੇ ਆ ਜੇ ਇਹ ਛੱਡਤਾ ਤੇ ਪ੍ਰਚਾਰਕ ਤੇ ਅਸੀਂ ਹੈ ਹੀ ਨਹੀਂ ਉਧਰ ਵਾਲੇ ਪਾਸੇ ਸਾਨੂੰ ਕਿੰਨੇ ਪੁੱਛਣਾ ਪ੍ਰਚਾਰ ਤੇ ਆਉਂਦਾ ਹੀ ਨਹੀਂ ਉਹ ਤੇ ਗੱਲ ਹੀ ਨਹੀਂ ਆਉਂਦੀ ਫਿਰ ਗਿਆਨੀ ਦਿੱਤ ਸਿੰਘ ਨੇ ਸਾਰਾ ਕੁਝ ਬਦਲਿਆ ਤੇ ਨੇਰੀ ਲਿਆ ਤੀਜੀ ਦੋ ਬੰਦਿਆਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਨੇ ਤੇ ਇਧਰ ਗਿਆਨੀ ਦਿੱਤ ਸਿੰਘ ਨੇ ਇਹਨਾਂ ਦੋ ਬੰਦਿਆਂ ਨੇ ਜਦੋਂ ਪ੍ਰਚਾਰ ਸ਼ੁਰੂ ਕੀਤਾ ਇਹ ਮਿਸ਼ਨਰੀ ਕਾਲਜ ਵਾਲਿਆਂ ਨੇ ਵੀ ਕਈ ਇਹਨਾਂ ਦੀ ਜੀਵਨੀ ਛਾਪੀ ਹੈ ਜਦੋਂ ਕਹਿੰਦੇ ਪ੍ਰਚਾਰ ਗਿਆਨੀ ਦਿੱਤ ਸਿੰਘ ਨੇ ਬਦਲਿਆ ਵਧੀਆ ਵਧੀਆ ਗੱਲਾਂ ਕਹਿਣੀਆਂ ਲੈਕਚਰ ਕਰਨੇ ਸ਼ੁਰੂ ਕੀਤੇ ਉਸ ਵੇਲੇ ਸਭ ਤੋਂ ਵੱਧ ਪਿੱਟ ਸਿਆਪਾ ਪਤਾ ਕਿਹਨਾਂ ਨੇ ਪਾਇਆ ਗੁਲਾਬਦਾਸੀ ਸੰਪਰਦਾ ਵਾਲਿਆਂ ਨੇ ਪਾਇਆ ਕਹਿੰਦੇ ਬਦਲ ਗਿਆ ਆਖੋ ਸਤਨਾਮ ਸਭ ਤੋਂ ਵੱਧ ਰੌਲਾ ਬਾਬਿਆਂ ਨੇ ਪਾਇਆ ਕਹਿੰਦੇ ਇਹਨੂੰ ਕੀ ਹੋ ਗਿਆ ਤੇ ਜਿਹੜਾ ਗਿਆਨੀ ਦਿੱਤ ਸਿੰਘ ਹੈ ਉਹ ਉਹਨੇ ਨਹੀਂ ਪਰਵਾਹ ਕੀਤੀ ਫਿਰ ਪਿੱਛੇ ਮੁੜ ਕੇ ਕਹਿੰਦੇ ਨੇ ਗਿਆਨੀ ਦਿੱਤ ਸਿੰਘ ਹੋਣਾ ਨੇ
ਫਿਰ ਬਹੁਤ ਘਾਲਣਾ ਆਪਣੀ ਜ਼ਿੰਦਗੀ ਵਿੱਚ ਘਾਲੀ। ਐਸਾ ਦਿਨ ਰਾਤ ਪ੍ਰਚਾਰ ਕੀਤਾ ਕਿ ਲਗਾਤਾਰ ਗਿਣਤੀ ਜਿਹੜੀ ਹੈ ਸਿੱਖਾਂ ਦੀ ਵਧਣੀ ਸ਼ੁਰੂ ਹੋ ਗਈ। ਚਾਰ ਬੱਚੇ ਈਸਾਈ ਬਣ ਚੱਲੇ ਸੀ ਜੀ, ਸਿਰਫ ਚਾਰ। ਸਾਡਿਆਂ ਪਿੰਡਾਂ 'ਚ ਹੁਣ ਸੈਂਕੜੇ ਬਣੀ ਜਾਂਦੇ ਆ, ਕਈ ਇਦਾਂ ਦੇ ਹੈ ਐ। ਸਾਡੇ 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 ਨਹੀਂ ਦਿਮਾਗ 'ਤੇ ਅਸਰ ਕੋਈ ਇਹਨਾਂ ਚੀਜ਼ਾਂ ਦਾ, ਸਾਡੇ ਬੰਦਿਆਂ ਨੂੰ ਕੋਈ ਫਿਕਰ ਨਹੀਂ। ਉਸ ਵੇਲੇ ਫਿਰ ਇਹਨਾਂ ਨੇ ਬਹੁਤ ਜ਼ੋਰ ਲਾਇਆ ਵੀ ਸਿੰਘ ਸਭਾ, ਇੱਕ ਸਿੰਘ ਸਭਾ ਲਾਹੌਰ ਦੇ ਵਿੱਚ ਕਾਇਮ ਕੀਤੀ। ਪਹਿਲਾਂ ਅੰਮ੍ਰਿਤਸਰ ਵਿੱਚ ਸਿੰਘ ਸਭਾ ਕਾਇਮ ਹੋਈ ਸੀ, ਫਿਰ ਉਹ ਨਹੀਂ ਚੱਲ ਸਕੀ, ਮੁੜ ਕੇ 1879 ਵਿੱਚ ਲਾਹੌਰ ਵਿੱਚ ਸਿੰਘ ਸਭਾ ਕਾਇਮ ਹੋਈ। ਉੱਥੇ ਸਿੰਘ ਸਭਾ ਬਣੀ, ਫਿਰ ਜਗ੍ਹਾ ਜਗ੍ਹਾ ਸਿੰਘ ਸਭਾ ਬਣੀਆਂ। ਹਰੇਕ ਸ਼ਹਿਰ ਵਿੱਚ ਤੁਸੀਂ ਵੇਖੋਗੇ ਗੁਰਦੁਆਰੇ ਸਿੰਘ ਸਭਾ, ਕਈ ਬਹੁਤ ਪੁਰਾਣੇ ਬਣੇ ਹੋਏ ਆ। ਲਾਹੌਰ ਤੋਂ ਗਿਆਨੀ ਦਿੱਤ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਹੋਣਾ ਨੇ ਪ੍ਰਚਾਰ ਸ਼ੁਰੂ ਕੀਤਾ। ਅਗਲੀ ਗੱਲ ਸੁਣੋ, 1880 ਦੇ ਵਿੱਚ ਖਾਲਸਾ ਅਖਬਾਰ ਕੱਢਣਾ ਸ਼ੁਰੂ ਕੀਤਾ, ਜਿਹਦੇ ਐਡੀਟਰ ਸਨ ਗਿਆਨੀ ਦਿੱਤ ਸਿੰਘ। ਹੁਣ ਉਦੋਂ ਨਾ ਤੇ ਨੈੱਟ ਹੈ, ਅੱਜ ਕੱਲ੍ਹ ਤੇ ਮੌਜ ਇੱਡੀ ਹੈ ਪਿਆਰਿਓ, ਜੇ ਅੱਜ ਅਸੀਂ ਇੱਡੇ ਨਿਕੰਮੇ ਹਾਂ, ਅੱਜ ਪ੍ਰਚਾਰ ਕਰਨਾ ਨਹੀਂ ਚਾਹੁੰਦੇ, ਪਰ ਗਿਆਨੀ ਦਿੱਤ ਸਿੰਘ ਨੇ 1880 ਵਿੱਚ ਅਖਬਾਰ ਕੱਢੀ। ਅਖਬਾਰ ਕੱਢ ਕੇ ਉਹਨਾਂ ਨੇ ਲੇਖ ਲਿਖਣੇ ਸ਼ੁਰੂ ਕੀਤੇ। ਉਧਰੋਂ ਆਰੀਆ ਸਮਾਜਾਂ ਦੇ ਪਰਦੇ ਖੋਲ੍ਹੇ, ਉਧਰੋਂ ਮਹੰਤਾਂ ਦੇ ਪਰਦੇ ਖੋਲ੍ਹੇ। ਸਾਰਿਆਂ ਨਾਲ ਇਕੱਠੀ ਟੱਕਰ ਲੈਣੀ ਪਈ ਗਿਆਨੀ ਦਿੱਤ ਸਿੰਘ ਨੂੰ, ਇੱਕ ਬੰਦੇ ਨਾਲ ਨਹੀਂ ਟੱਕਰ ਲੈਣੀ ਪਈ, ਸਾਰਿਆਂ ਨਾਲ। ਗੋਰਿਆਂ ਦਾ ਰਾਜ ਹੈ, ਇੱਕ ਪਾਸੇ ਮਹੰਤ ਗੁਰਦੁਆਰਿਆਂ ਤੇ ਕਾਬਜ ਨੇ, ਦੂਜੇ ਪਾਸੇ ਬੇਦੀ, ਖੇਮ ਸਿੰਘ ਬੇਦੀ, ਗੁਰੂ ਨਾਨਕ ਦੀ ਅੰਸ ਬੰਸ ਕਹਾਉਣ ਵਾਲੇ ਉਹ ਕਾਬਜ ਨੇ, ਦੂਜੇ ਸਾਧ ਬਾਬੇ ਡੇਰਿਆਂ ਵਾਲੇ ਉਹ ਸਾਰੇ, ਇੱਕ ਪਾਸੇ ਇਹ ਦੋ ਬੰਦੇ ਸੀ। ਇੰਨੀ ਇਹਨਾਂ ਨੇ ਹਿੰਮਤ ਕੀਤੀ ਕਿ ਖਾਲਸਾ ਅਖਬਾਰ ਕੱਢਿਆ। ਅੱਗੇ ਗੱਲ ਸੁਣਿਓ, ਇੱਥੇ ਫਰੀਦਕੋਟੀਆ ਟੀਕਾ ਜਿਹੜਾ ਜਾਣਦੇ ਹੋ ਭਾਈ, ਫਰੀਦਕੋਟੀਆ ਟੀਕਾ ਜਿਹੜੇ ਗੁਰਬਾਣੀ ਸਮਝਦੇ ਉਹਨਾਂ ਨੂੰ ਪਤਾ ਹੈ, ਫਰੀਦਕੋਟੀਆ ਟੀਕਾ ਜਦੋਂ ਲਿਖਣ ਫਰੀਦਕੋਟੀਏ ਲਿਖਣ ਲੱਗੇ, ਗਿਆਨੀਆਂ ਦਾ ਇਕੱਠ ਕੀਤਾ ਵੀ ਸਾਰੇ ਗਿਆਨੀ ਆਓ, ਗੁਰਬਾਣੀ ਦੇ ਗੁਰਬਾਣੀ ਦਾ ਟੀਕਾ ਲਿਖਣਾ। ਧਿਆਨ ਨਾਲ ਸੁਣਿਓ, ਜਦੋਂ ਗੁਰਬਾਣੀ ਦਾ ਟੀਕਾ ਲਿਖਣ ਲੱਗੇ ਤੇ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਸੱਦਿਆ। ਪ੍ਰੋਫੈਸਰ ਗੁਰਮੁਖ ਸਿੰਘ ਜਦੋਂ ਗਏ, ਉਹ ਕਹਿੰਦੇ ਤੇ ਸਾਰੇ ਗਿਆਨੀ ਜਿਹੜੇ ਨੇ ਇਹਨਾਂ ਤੇ ਸਨਾਤਨ ਧਰਮ ਦਾ ਪ੍ਰਭਾਵ ਹੈ, ਜੇ ਸਨਾਤਨ ਧਰਮ ਦੇ ਗਿਆਨੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣਗੇ, ਜੇ ਸਨਾਤਨ ਧਰਮ ਦੇ ਗਿਆਨੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣਗੇ, ਇਹ ਤੇ ਹੋਰ ਹੀ ਕੁਝ ਕਰ ਦੇਣਗੇ। ਗਿਆਨੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਵਿਰੋਧ ਕੀਤਾ। ਜਦੋਂ ਵਿਰੋਧ ਕੀਤਾ ਤੇ ਫਿਰ ਖੇਮ ਸਿੰਘ ਬੇਦੀ ਦੇ ਕਹਿਣ ਤੇ, ਬਾਬਾ ਖੇਮ ਸਿੰਘ ਬੇਦੀ ਦੇ ਕਹਿਣ ਤੇ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਸਾਹਿਬ ਤੋਂ ਛੇਕ ਦਿੱਤਾ ਸੀ। ਕਹਿੰਦੇ ਜੀ ਵਿਰੋਧ ਕਰਦਾ, ਜਿਹੜੇ ਟੀਕੇ ਦਾ ਵਿਰੋਧ ਕੀਤਾ ਸੀ ਨਾ ਜੀ ਗਿਆਨੀ ਗੁਰਮੁਖ ਸਿੰਘ ਨੇ, ਪ੍ਰੋਫੈਸਰ ਗੁਰਮੁਖ ਸਿੰਘ ਨੇ, ਉਸ ਟੀਕੇ ਦੇ ਅਰਥ ਹੀ ਬਹੁਤੇ ਅੱਜ ਕੱਲ੍ਹ ਪੜ੍ਹਾਏ ਜਾਂਦੇ ਆ, ਜਿਹਦੇ ਕਰਕੇ ਛੇਕ ਦਿੱਤਾ ਸੀ। ਜਦੋਂ ਟੀਕਾ ਲਿਖਣ ਲੱਗੇ, ਉਹ ਕਹਿੰਦਾ ਗਿਆਨੀ ਸਨਾਤਨ ਧਰਮ ਦੇ ਹੈ, ਜੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਲਿਖਣਾ ਹੈ ਤੇ ਗੁਰਮਤ ਨੂੰ ਸਮਝਣ ਵਾਲੇ ਗਿਆਨੀਆਂ ਤੋਂ ਲਿਖਾਓ, ਜੇ ਇਹਨਾਂ ਤੋਂ ਲਿਖਾਓਗੇ ਇਹਨਾਂ ਨੇ ਹਿੰਦੂਆਂ ਵਾਲੇ ਅਰਥ ਕਰ ਦੇਣੇ ਆ, ਹਿੰਦੂਆਂ ਵਾਲੇ ਅਰਥ ਕਰ ਦੇਣੇ ਆ।
ਇਸ ਕਰਕੇ ਜਿਹੜਾ ਉਹ ਟੀਕਾ ਛਪਿਆ ਸੀ ਇਹਦੇ ਸੰਬੰਧ ਵਿੱਚ ਆਵਾਜ਼ ਉਠਾਈ ਸੀ ਨਾ ਲਿਖੋ ਤੇ ਗਿਆਨੀ ਗੁਰਮੁਖ ਸਿੰਘ ਨੂੰ ਅਕਾਲ ਤਖਤ ਤੋਂ ਛੇਕ ਦਿੱਤਾ ਸੀ ਜਦੋਂ ਛੇਕਤਾ ਬਸ ਫਿਰ ਗਿਆਨੀ ਦਿੱਤ ਸਿੰਘ ਹੋਣੀ ਅਖਬਾਰ ਲਿਖਦੇ ਸੀ ਇਹਨਾਂ ਨੇ ਰੋਜ਼ ਲਿਖ ਲਿਖ ਕੇ ਵੀ ਇਹ ਹੁਕਮਨਾਮਾ ਨਹੀਂ ਮੰਨਣਾ ਹੁਕਮਨਾਮਾ ਇੱਕ ਤਰ੍ਹਾਂ ਨਾਲ ਫੇਲ ਹੋ ਗਿਆ ਸੀ ਲੋਕਾਂ ਨੇ ਹੁਕਮਨਾਮਾ ਮੰਨਿਆ ਨਹੀਂ ਤੇ ਇਹ ਵੀ ਲਿਖਿਆ ਹੈ ਕਿ ਗਿਆਨੀ ਦਿੱਤ ਸਿੰਘ ਹੋਣਾ ਦਾ ਪ੍ਰੋਫੈਸਰ ਗੁਰਮੁਖ ਸਿੰਘ ਹੋਣਾ ਦਾ ਕਈ ਵਾਰੀ ਰਾਹ ਰੋਕਿਆ ਰਾਹ ਵੀ ਰੋਕਿਆ ਲੋਕਾਂ ਨੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸਾਰੇ ਸਾਰੇ ਇੱਕ ਪਾਸੇ ਸੀ ਇਹ ਦੋ ਬੰਦੇ ਅੜੇ ਰਹੇ ਪਰ ਹੌਲੀ ਹੌਲੀ ਕਾਫਲਾ ਬਣਦਾ ਗਿਆ ਆਰੀਆ ਸਮਾਜ ਵਾਲਾ ਦਇਆਨੰਦ ਜਿਹੜਾ ਗੁਰਦੁਆਰਿਆਂ ਵਿੱਚ ਆ ਕੇ ਲੈਕਚਰ ਦਿੰਦਾ ਸੀ ਨਾ ਲੈਕਚਰ ਮੁੜ ਕੇ ਸਿੱਖਾਂ ਨੂੰ ਵੇਖ ਕੇ ਡਰਨ ਲੱਗ ਗਿਆ ਸੀ ਜੇ ਵਿੱਚ ਕੋਈ ਸਿੱਖ ਬੈਠਾ ਹੁੰਦਾ ਸੀ ਇੰਨਾ ਗਿਆਨ ਹੋ ਗਿਆ ਲੋਕਾਂ ਨੂੰ ਸਮਝ ਪੈ ਗਈ ਜਿਵੇਂ ਅੱਜ ਕੱਲ੍ਹ ਤੁਸੀਂ ਨੋਟ ਕਰਿਓ ਜਿਹੜੇ ਬਾਬੇ ਹੈ ਨਾ ਜਦੋਂ ਇਦਾਂ ਲੈਕਚਰ ਸਟੇਜ ਤੇ ਬਹਿ ਕੇ ਕਰਦੇ ਹੈ ਤੁਹਾਡੀ ਅੱਖ ਚ ਅੱਖ ਨਹੀਂ ਪਾਉਂਦੇ ਉਹਨਾਂ ਨੂੰ ਪਤਾ ਵੀ ਆਹ ਜਿਹੜਾ ਸਾਹਮਣੇ ਬੈਠਾ ਹੈ ਇਹ ਜਾਣਦਾ ਵੀ ਮੈਂ ਝੂਠ ਬੋਲਦਾ ਆਖੋ ਸਤਨਾਮ ਬੰਦੇ ਅੱਗੇ ਵਾਲੀ ਗੱਲ ਨਹੀਂ ਰਹੀ ਇਹ ਨਹੀਂ ਵੀ ਬਾਬਿਆਂ ਦੇ ਡੇਰੇ ਬੰਦ ਹੋ ਗਏ ਡੇਰੇ ਇਦਾਂ ਹੀ ਚੱਲਣਗੇ ਇਹ ਨਹੀਂ ਬੰਦ ਹੋ ਸਕਦੇ ਬੜੀ ਦੁਨੀਆ ਹੈ ਇਹਨਾਂ ਦੇ ਮਗਰ ਪਰ ਚਿੰਤਾ ਇਹ ਹੈ ਵੀ ਅੱਗੇ ਜੋ ਮਰਜ਼ੀ ਸੁਣਾਈ ਜਾਂਦੇ ਸੀ ਹੁਣ ਅੱਗੇ ਬੈਠਾ ਕੋਈ ਨਾ ਕੋਈ ਸਵਾਲ ਪੁੱਛਦਾ ਜਦੋਂ ਇਦਾਂ ਬਹਿ ਕੇ ਗੱਲ ਕਰਦੇ ਆ ਕਈ ਵਿੱਚ ਪੈਦਾ ਹੋਣ ਲੱਗ ਪਏ ਇਦਾਂ ਦੇ ਖਤਰਾ ਇਸ ਗੱਲ ਦਾ ਹੈ ਇਸ ਗੱਲ ਦਾ ਖਤਰਾ ਹੈ ਤੇ ਗਿਆਨੀ ਦਿੱਤ ਸਿੰਘ ਹੋਣਾ ਦੇ ਉੱਤੇ ਫਿਰ ਇਹਨਾਂ ਨੇ ਕੇਸ ਕਰ ਦਿੱਤਾ ਪ੍ਰੈਸ ਜਿਹੜੀ ਸੀ ਜਿਹਦੇ ਤੇ ਲਿਟਰੇਚਰ ਛਪਦਾ ਸੀ ਪ੍ਰੈਸ ਵੀ ਬੰਦ ਕਰਵਾਈ ਅਖਬਾਰ ਵੀ ਬੰਦ ਕਰਵਾਈ ਉਦੋਂ ਪ੍ਰਚਾਰ ਅਖਬਾਰ ਨਾਲ ਹੀ ਹੁੰਦਾ ਸੀ ਅਖਬਾਰ ਵੀ ਬੰਦ ਕਰਾ ਦਿੱਤੀ ਸੀ ਪ੍ਰੈਸ ਵੀ ਬੰਦ ਕਰਾ ਦਿੱਤੀ ਸੀ ਕਈ ਸਾਲ ਮੁਕੱਦਮਾ ਲੜਿਆ ਘਰ ਦੀ ਗਰੀਬੀ ਸਾਰੇ ਇੱਕ ਪਾਸੇ ਪਰ ਫਿਰ ਵੀ ਗਿਆਨੀ ਦਿੱਤ ਸਿੰਘ ਵਰਗਿਆਂ ਦੀ ਹਿੰਮਤ ਹੈ ਉਹਨਾਂ ਨੇ ਹੌਸਲਾ ਨਹੀਂ ਛੱਡਿਆ ਲੜਦੇ ਰਹੇ ਜੂਝਦੇ ਰਹੇ ਇਸ ਸਿਸਟਮ ਦੇ ਨਾਲ ਜੂਝਦੇ ਰਹੇ ਫਿਰ ਮੁਕੱਦਮਾ ਜਿੱਤੇ 51 ਰੁਪਈਏ ਜੁਰਮਾਨਾ ਹੋਇਆ ਜੁਰਮਾਨਾ ਭਰਿਆ ਗਿਆ ਦੁਬਾਰਾ ਫਿਰ ਧੂਆਂ ਧਾਰ ਉਹਨਾਂ ਨੇ ਪ੍ਰਚਾਰ ਕੀਤਾ ਇੰਨੀ ਮਿਹਨਤ ਆਪਣੀ ਜ਼ਿੰਦਗੀ ਵਿੱਚ ਕੀਤੀ ਵੀ ਜਿਹੜੀ ਆ ਸ਼੍ਰੋਮਣੀ ਕਮੇਟੀ ਬਣੀ ਸਾਧ ਜਿਹੜੇ ਸੀ ਮਹੰਤ ਕਬਜ਼ਾ ਕਰਕੇ ਬੈਠੇ ਸੀ ਦਰਬਾਰ ਸਾਹਿਬ ਆਨੰਦਪੁਰ ਸਾਹਿਬ ਮਹੰਤਾਂ ਦਾ ਕਬਜ਼ਾ ਨਨਕਾਣਾ ਸਾਹਿਬ ਮਹੰਤਾਂ ਦਾ ਕਬਜ਼ਾ ਇਹ ਸਾਰੀ ਜਿਹੜੀ ਅਕਾਲੀ ਲਹਿਰ ਚੱਲੀ ਸਿੰਘ ਸਭਾ ਲਹਿਰ ਗਿਆਨੀ ਦਿੱਤ ਸਿੰਘ ਹੋਣਾ ਨੇ ਚਲਾਈ ਪ੍ਰੋਫੈਸਰ ਗੁਰਮੁਖ ਸਿੰਘ ਨੇ ਚਲਾਈ ਤੇ ਆ ਜਿਹੜੀ ਅਕਾਲੀ ਲਹਿਰ ਚੱਲੀ ਸਾਰੇ ਗੁਰਦੁਆਰੇ ਆਜ਼ਾਦ ਕਰਾਏ ਸ਼੍ਰੋਮਣੀ ਕਮੇਟੀ ਬਣੀ ਇਹ ਸਾਰਾ ਕੁਝ ਗਿਆਨੀ ਦਿੱਤ ਸਿੰਘ ਹੋਣਾ ਦੀ ਹਿੰਮਤ ਦਾ ਸਦਕਾ ਹੈ ਗਿਆਨੀ ਦਿੱਤ ਸਿੰਘ ਹੋਣਾ ਦੀ ਪਰ ਸੋਚਣ ਵਾਲੀ ਗੱਲ ਇਹ ਹੈ ਵੀ ਇੰਨੇ ਬਾਬਿਆਂ ਦੀਆਂ ਬਰਸੀਆਂ ਇੰਨਾ ਕੁਝ ਜਿਨ੍ਹਾਂ ਨੇ ਮੱਥੇ ਹੀ ਟਿਕਾਏ ਐ ਜਿਨ੍ਹਾਂ ਨੇ ਕੋਈ ਚੱਜ ਦੀ ਗੱਲ ਗਿਆਨ ਦੀ ਗੱਲ ਨਹੀਂ ਦੱਸੀ ਲੋਕਾਂ ਨੂੰ ਉਲਝਾਇਆ ਆ ਉਹਨਾਂ ਦੀਆਂ ਜਾਤਾਂ ਵਿੱਚ ਤੇ ਲੱਖ ਲੱਖ ਬੰਦਾ ਇਕੱਠਾ ਹੋ ਜਾਂਦਾ ਉਹਨਾਂ ਦੇ ਤੇ ਚਾਰ ਚਾਰ ਦਿਨ ਪ੍ਰੋਗਰਾਮ ਚੱਲਦੇ ਐ ਗਿਆਨੀ ਦਿੱਤ ਸਿੰਘ ਵਰਗਿਆਂ ਨੂੰ ਸਾਡੀ ਕੌਮ ਭੁੱਲੀ ਗਈ ਆਖੋ ਸਤਨਾਮ ਸ੍ਰੀ ਵਾਹ ਗਿਆਨੀ ਦਿੱਤ ਸਿੰਘ ਵਰਗਿਆਂ ਨੂੰ ਭੁੱਲ ਗਏ ਸਾਡੇ ਵੀ ਇੰਨੀ ਮਿਹਨਤ ਉਹਨਾਂ ਬੰਦਿਆਂ ਨੇ ਕੀਤੀ ਇਹ ਅਕਾਲੀ ਲਹਿਰ ਚੱਲੀ ਸ਼੍ਰੋਮਣੀ ਕਮੇਟੀ ਬਣੀ ਇਹ ਸਾਰਾ ਕੁਝ ਉਹਨਾਂ ਦੇ ਪ੍ਰਚਾਰ ਸਦਕਾ ਸੀ ਦਿਨਾਂ ਦੇ ਵਿੱਚ ਚੇਂਜ ਹੋ ਗਿਆ ਸੀ ਅਖਬਾਰਾਂ ਪੜ੍ਹ ਪੜ੍ਹ ਕੇ ਸਿੱਖ ਬਦਲ ਗਏ ਵੀ ਅੱਛਾ ਜਾ ਸਾਨੂੰ ਬੁੱਧੂ ਬਣਾਉਂਦੇ ਆ ਅਸਲ ਸੱਚ ਤੇ ਆ ਹੈ ਇੰਨਾ ਜ਼ਿਆਦਾ ਅਸਰ ਹੋਇਆ ਗਿਆਨੀ ਦਿੱਤ ਸਿੰਘ ਵਰਗਿਆਂ ਦਾ ਸੋ 1901 ਵਿੱਚ ਜਾ ਕੇ ਗਿਆਨੀ ਦਿੱਤ ਸਿੰਘ ਹੋਣੀ
ਸਰੀਰ ਛੱਡਦੇ ਐ ਤਕਰੀਬਨ 51 ਸਾਲ ਦੀ ਉਮਰ ਭੋਗੀ ਐ ਉਹ ਕੁਝ ਕਰ ਵਿਖਾਇਆ ਜਿਹੜਾ ਕਈ ਸਦੀਆਂ ਵਿੱਚ ਨਹੀਂ ਹੁੰਦਾ ਉਹਨਾਂ ਵੇਲੇਆਂ ਵਿੱਚ ਕੀਤਾ ਗਿਆਨੀ ਦਿੱਤ ਸਿੰਘ ਹੋਣਾ ਨੇ ਜਦੋਂ ਕੋਈ ਮੀਡੀਆ ਨਹੀਂ ਸੀ ਕੋਈ ਜਗ੍ਹਾ ਜਗ੍ਹਾ ਤੇ ਜਾਣ ਲਈ ਗੱਡੀਆਂ ਨਹੀਂ ਸੀ ਕੋਈ ਸਾਧਨ ਨਹੀਂ ਸੀ ਸਾਡੇ ਵਰਗਿਆਂ ਨੂੰ ਮੌਤ ਪੈਂਦੀ ਐ ਕਰਦਿਆਂ ਨੂੰ ਸਾਡੇ ਵਰਗੇ ਤੇ ਇੱਥੇ ਵੇਖੋ ਨਾ ਮੈਂ ਇੱਥੇ ਬੈਠਾ ਆ ਪ੍ਰਬੰਧ ਤੁਸੀਂ ਕੀਤਾ ਹੈ ਟੈਂਟ ਤੁਸੀਂ ਲਵਾਇਆ ਹੈ ਸਟੇਜਾਂ ਤੁਹਾਡੀਆਂ ਨੇ ਸਾਊਂਡ ਦਾ ਖਰਚਾ ਦਿੱਤਾ ਇਥੋਂ ਤੱਕ ਕਿ ਸਾਡੀਆਂ ਗੱਡੀਆਂ 'ਚ ਤੇਲ ਵੀ ਪਵਾਉਂਦੇ ਹੋ ਤੁਸੀਂ ਇਸ਼ਤਿਹਾਰ ਵੀ ਤੁਸੀਂ ਲਾਉਣਾ ਹੈ ਲੰਗਰ ਵੀ ਪਕਾਉਣਾ ਹੈ ਇੰਨਾ ਪ੍ਰਬੰਧ ਤੁਸੀਂ ਇੱਥੇ 20 30 50 ਹਜ਼ਾਰ ਬੰਦੇ ਦਾ ਕਰਦੇ ਹੋ ਤੇ ਸਾਡੇ ਵਰਗਿਆਂ ਨੂੰ ਮੌਤ ਪੈਂਦੀ ਹੈ ਜੇ ਸਾਡੇ ਵਰਗੇ ਫੇਰ ਵੀ ਮਾਈਕ ਅੱਗੇ ਹੈ ਕੱਲੇ ਕੱਲੇ ਤੱਕ ਆਵਾਜ਼ ਪਹੁੰਚਦੀ ਹੈ 20 30 ਹਜ਼ਾਰ ਬੰਦਾ ਅੱਗੇ ਬਹਿ ਕੇ ਸੁਣਦਾ ਹੈ 30 40 ਹਜ਼ਾਰ ਬੰਦਾ ਨੈੱਟ ਤੇ ਸੁਣਦਾ ਹੋਣਾ ਹੈ ਘਰਾਂ 'ਚ ਬਹਿ ਕੇ ਸੁਣਦੇ ਹੋਣਗੇ ਮੌਤ ਪੈਂਦੀ ਹੈ ਸਾਨੂੰ ਅਸੀਂ ਫੇਰ ਵੀ ਸੱਚ ਨਾ ਬੋਲੀਏ ਫੇਰ ਵੀ ਨਾ ਦੱਸੀਏ ਵੀ ਗੁਰਮਤ ਆ ਹੈ ਫੇਰ ਵੀ ਨਾ ਦੱਸੀਏ ਜੇ ਗੱਡੀਆਂ ਵਿਕ ਜਾਣਗੀਆਂ ਤੇ ਤੁਹਾਡੇ ਤੁਹਾਡੇ 'ਚੋਂ ਬੜੇ ਹੋਣਗੇ ਜਿਹਨੇ ਕਹਿਣਗੇ ਸਾਡੀ ਗੱਡੀ 'ਚ ਬਹਿ ਕੇ ਆ ਜਾਓ ਅਸੀਂ ਲੈ ਆਉਂਦੇ ਹਾਂ ਜਾ ਕੇ ਉੱਥੋਂ ਵੇਚ ਦਿਓ ਜੇ ਪਰਮੇਸ਼ਰ ਦੁਆਰ ਛੱਡਣਾ ਪੈ ਜਾਏਗਾ ਤੇ ਘਰੋਂ ਲੈ ਆਓਗੇ ਤੁਸੀਂ ਅੱਜ ਤੇ ਸਾਧਨ ਨੇ ਪਿਆਰੇ ਹੋ ਜੇ ਨਹੀਂ ਵੀ ਬਾਹਰ ਦੁਕਾਨ ਲਾ ਸਕਾਂਗੇ ਆਪਣੇ ਘਰ 'ਚ ਬਹਿ ਕੇ ਵੀ ਅੱਜ ਤੇ ਤੁਸੀਂ ਲਾਈਵ ਹੋ ਜਾਓ ਫੇਸਬੁੱਕ ਤੇ ਨੈੱਟ ਦੇ ਉੱਤੇ ਲਾਈਵ ਹੋ ਜਾਓ ਬੱਚੇ ਬੱਚੇ ਤੱਕ ਤੁਹਾਡੀ ਗੱਲ ਪਹੁੰਚਦੀ ਹੈ ਬੱਚੇ ਬੱਚੇ ਤੱਕ ਜਾ ਸਕਦੀ ਹੈ ਗੱਲ ਜਿਹੜੀ ਗੱਲ ਕਰਨੀ ਹੈ ਕਰੋ ਠੋਕ ਕੇ ਅੱਜ ਸਮਾਂ ਹੈ ਤੇ ਚਾਹੀਦਾ ਇਹੋ ਜਿਹੇ ਬੰਦਿਆਂ ਨੂੰ ਵੇਖ ਕੇ ਮਨ 'ਚ ਉਤਸ਼ਾਹ ਪੈਦਾ ਹੁੰਦਾ ਹੈ ਵੀ ਯਾਰ ਐਦਾਂ ਦੇ ਲੋਕੀ ਕਹਿੰਦੇ ਛੋਟੀਆਂ ਜਾਤਾਂ ਦਾ ਜੀ ਰਮਦਾਸੀਆ ਜੀ ਇਹ ਐਦਾਂ ਦੀਆਂ ਕਹਿੰਦੇ ਜਾਤ ਦੇ ਨਾਂ ਤੇ ਬਹੁਤ ਰੌਲਾ ਪਿਆ ਗਿਆਨੀ ਦਿੱਤ ਸਿੰਘ ਹੋਣਾ ਦਾ ਬਾਹਰ ਕੱਢੋ ਇਹਨੂੰ ਕਹਿੰਦੇ ਛੋਟੀ ਜਾਤ ਦਾ ਹੈ ਕਥਾ ਸਟੇਜ ਤੇ ਸੁਣਦੇ ਸੀ ਕਹਿੰਦੇ ਗਿਆਨੀ ਜੀ ਕਥਾ ਕਮਾਲ ਦੀ ਕਰਦੇ ਹੋ ਤੇ ਜਦੋਂ ਦੇਗ ਵਰਤਾਉਣੀ ਉਹ ਬਾ ਦੇਣਾ ਪਿੱਛੇ ਕਹਿੰਦੇ ਚੱਲ ਪਿੱਛੇ ਜਾ ਕੇ ਬੈਠ ਆਹ ਹਾਲ ਸੀ ਪਰ ਬੰਦੇ ਜਦੋਂ ਇਹ ਸੋਚ ਕੇ ਨਹੀਂ ਨਾ ਆਏ ਹੁੰਦੇ ਵੀ ਕੁਝ ਲੈਣ ਚੱਲੇ ਆ ਉਸ ਵੇਲੇ ਇਦਾਂ ਦੇ ਜਿਹੜੇ ਕਹਿੰਦੇ ਕੁਝ ਕੁਰਬਾਨ ਕਰਨ ਵਾਸਤੇ ਚੱਲੇ ਉਹਨਾਂ ਦਾ ਫਰਕ ਹੁੰਦਾ ਹੈ ਬਹੁਤ ਬਹੁਤ ਫਰਕ ਹੁੰਦਾ ਹੈ ਉਹ ਬੰਦੇ ਜੋ ਕਰ ਜਾਂਦੇ ਹੈ ਨਾ ਉਹ ਕਰਨਾ ਔਖਾ ਹੈ ਸੋ ਗਿਆਨੀ ਦਿੱਤ ਸਿੰਘ ਹੋਣਾ ਦਾ ਇਹ ਨਗਰ ਹੈ ਭਾਈ ਇਸ ਇਲਾਕੇ ਵਿੱਚ ਤੇ ਬਹੁਤ ਵਿਦਵਾਨ ਚਾਹੀਦੇ ਆ ਬੰਦੇ ਇਦਾਂ ਦੇ ਵੀ ਯਾਰ ਇਹੋ ਜਿਹਾ ਬੰਦਾ ਸਾਡੇ ਇਲਾਕੇ 'ਚ ਪੈਦਾ ਹੋਇਆ ਹਲਾ ਕੇ ਰੱਖਤੇ ਸੀ ਸਾਰੇ ਹਲਾ ਕੇ ਇੰਨੀ ਹਿੰਮਤ ਸੀ ਉਹਨਾਂ ਬੰਦਿਆਂ ਦੇ ਵਿੱਚ ਮਰਦ ਦਲੇਰਾਂ ਵਿੱਚ ਜਿਨ੍ਹਾਂ ਨੇ ਗੁਰੂ ਸਾਹਿਬ ਤੋਂ ਅਕਲ ਲੈ ਕੇ ਤੇ ਕਿੰਨੀ ਮਿਹਨਤ ਕੀਤੀ ਆਪਣੀ ਜ਼ਿੰਦਗੀ 'ਚ ਉੱਚਾ ਚੁੱਕਣ ਦੀ ਤੁਹਾਡੇ ਮਾਈਂਡ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਕਸਰ ਨਹੀਂ ਛੱਡੀ ਜ਼ੋਰ ਲਾਤਾ ਪੂਰਾ ਸਾਰੇ ਪਾਸਿਆਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਹਿੰਦੇ ਕੋਈ ਨਹੀਂ ਜੋ ਹੁੰਦਾ ਹੈ ਹੋਣ ਦਿਓ ਪਰ ਡਟ ਕੇ ਉਹਨਾਂ ਨੇ ਪ੍ਰਚਾਰ ਕੀਤਾ ਗੁਰਮਤ ਦਾ ਇਸ ਇਲਾਕੇ ਦੇ ਹੋਏ ਆ ਭਾਈ ਉਹਨਾਂ ਨੂੰ ਯਾਦ ਕਰਿਆ ਗਿਆ ਗਿਆਨੀ ਦਿੱਤ ਸਿੰਘ ਹੋਣਾ ਦਾ ਮੇਰੇ ਖਿਆਲ 6 ਸਤੰਬਰ ਦਾ ਹੁੰਦਾ ਪ੍ਰੋਗਰਾਮ ਉਹਨਾਂ ਦੀ ਸਾਲਾਨਾ ਜਿਹੜੀ ਬਰਸੀ ਹੈ 6 ਸਤੰਬਰ 6 ਸਤੰਬਰ 1901 ਨੂੰ ਸਰੀਰ ਛੱਡਿਆ ਸੀ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਵੀ ਇਸ ਨਗਰ 'ਚ ਸਮਾਗਮ ਹੁੰਦਾ ਭਾਈ ਲਾਹਾ ਲਿਆ ਤੇ ਮੈਂ ਵੀ ਇਹ ਗੱਲ ਸੋਚੀ ਹੈ ਵੀ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਸਾਲ ਵਿੱਚ ਇੱਕ ਦਿਨ ਜਿਉਂਦੇ ਰਹੇ ਵੀ ਗਿਆਨੀ ਜੀ ਹੋਣਾ ਦੇ ਸੰਬੰਧ ਵਿੱਚ ਅਸੀਂ ਪਰਮੇਸ਼ਰ ਦੁਆਰ ਵੀ ਇੱਕ ਪ੍ਰੋਗਰਾਮ ਰੱਖਿਆ ਕਰੀਏ ਹਰ ਸਾਲ ਇਹੋ ਜਿਹੇ ਬੰਦੇ ਸਾਡੇ ਰੋਲ ਮਾਡਲ ਬਣਨੇ ਚਾਹੀਦੇ ਸੀ ਜੀ ਰੋਲ ਮਾਡਲ ਸਾਡੇ ਇਹੋ ਜਿਹੇ ਹਿੰਮਤੀ ਬੰਦੇ ਦਲੇਰ ਬੰਦੇ ਜਿਹੜੇ ਅਖਬਾਰ ਕੱਢ ਰਹੇ ਨੇ ਉਹਨਾਂ ਵੇਲਿਆਂ ਵਿੱਚ ਪ੍ਰੈਸ ਲਾ ਕੇ ਬਹਿ ਗਏ
ਇਹੋ ਜਿਹੇ ਬੰਦੇ ਸਾਡੇ ਰੋਲ ਮਾਡਲ ਬਣਨੇ ਚਾਹੀਦੇ, ਸਾਡਾ ਰੋਲ ਮਾਡਲ ਤੇ ਬਾਬੇ ਬਣੇ ਹੋਏ ਆ ਜੀ, ਵੀ ਇਹ ਵੀ ਮੱਥਾ ਟਕਾਉਂਦਾ ਮੈਂ ਵੀ ਮੱਥਾ ਟਕਾ ਲਾਂ, ਬਸ ਆ ਵੀ ਆਸ਼ੀਰਵਾਦ ਦਿੰਦਾ ਮੈਂ ਵੀ ਆਸ਼ੀਰਵਾਦ ਦੇਣ ਲੱਗ ਜਾ, ਸਾਡੇ 'ਚ ਤੇ ਆਹ ਕੁਛ ਚੱਲ ਪਿਆ ਅੱਜ, ਬੇੜਾ ਗਰਕ ਹੋ ਰਿਹਾ ਸਾਡਾ, ਸਿਆਣੇ ਬਣ ਜਾਈਏ ਕਾਇਮ ਹੋ ਜਾਈਏ, ਗੁਰਬਾਣੀ ਨੂੰ ਆਪ ਪੜੋ ਆਪ ਸਮਝੋ। ਪ੍ਰੋਫੈਸਰ ਸਾਹਿਬ ਸਿੰਘ ਵਰਗਿਆਂ ਦਾ ਕੀਤਾ ਟੀਕਾ ਕਾਫੀ ਹੱਦ ਤੱਕ ਕਾਫੀ ਕੁਛ ਉਹਦੇ 'ਚ ਕਲੀਅਰ ਹੋ ਜਾਂਦਾ, ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦਾ ਟੀਕਾ ਪੜ੍ਹ ਲਿਆ ਕਰੋ, ਜਿਵੇਂ ਵੀ ਕੋਈ ਸਮਝ ਆਉਂਦੀ ਹੈ ਜਿੰਨਾ ਕੁ ਵੀ ਕੋਸ਼ਿਸ਼ ਕਰੋ, ਉਹਦੇ ਨਾਲ ਮਾੜਾ ਮੋਟਾ ਬੇਸ ਬਣ ਜਾਂਦਾ, ਜਿੱਦਾਂ ਰੇੜਾ ਫੜ ਲਓਗੇ ਬਾਕੀ ਭੱਜਣਾ ਆਪ ਪੈਣਾ, ਰੇੜਾ ਜ਼ਰੂਰ ਤੁਰਨ ਲੱਗ ਜਾਓਗੇ ਰੇੜੇ ਤੇ, ਏਦਾਂ ਰੇੜੇ ਜੇ ਤੇ ਤੁਰਦੇ ਨਾ ਫੜ ਕੇ ਜੇ, ਉਹ ਤੋਂ ਬਾਅਦ ਜਿਹੜੀ ਅਗਲੀ ਮਿਹਨਤ ਹੈ ਉਹ ਆਪ ਕਰਨੀ ਪੈਣੀ, ਪਰ ਜਿਹੜੇ ਜਿਹੜੇ ਚਾਹੁੰਦੇ ਹੋ ਬਦਲਣਾ ਆਪਣਾ ਮਨ ਬਦਲੋ। ਬਹੁਤ ਲੁੱਟ ਕੇ ਖਾਧਾ ਦੁਨੀਆ ਨੂੰ, ਸਿਆਣੇ ਬਣੀਏ ਗੁਰਮਤ ਵਾਲੇ ਪਾਸੇ ਆਈਏ, ਗੁਰੂ ਸਾਹਿਬ ਤੋਂ ਅਕਲ ਲੈ ਕੇ ਸੋਹਣਾ ਜੀਵਨ ਜਿਉਈਏ, ਗੁਰੂ ਸਾਹਿਬ ਦੇ ਧੀਆਂ ਪੁੱਤ ਬਣੀਏ।